ਸੰਧਾ ਪੰਜਾਬ ਟੀਵੀ ਚੈਨਲ ਗਰੀਬਾਂ ਦੀ ਸਹਾਇਤਾ ਵਾਸਤੇ ਖੋਲਿਆ ਗਿਆ ਹੋਇਆ ਹੈ। ਇਸ ਚੈਨਲ ਤੇ ਗਰੀਬਾਂ ਵਾਸਤੇ ਆਵਾਜ਼ ਉਠਾਈ ਜਾਂਦੀ ਹੈ। ਕੋਈ ਵੀ ਖਬਰ ਹੋਵੇ ਛੋਟੀ ਜਾਂ ਵੱਡੀ ਤੁਸੀਂ ਇਸ ਚੈਨਲ ਦੇ ਸਕਦੇ ਹੋ। ਇਹ ਸਾਡਾ ਆਫਿਸ ਹੈਗਾ ਸੰਧਾ ਪੰਜਾਬ ਦਾ। ਪਨੀ ਕੀ ਗੱਲ ਪੁੱਛ ਰਹੇ ਨਾ, ਤੁਸੀਂ ਹਰ ਪ੍ਰਕਾਰ ਦੀਆਂ ਖਬਰਾਂ ਲਾਉਂਦੇ ਹੋ, ਹਰ ਚੀਜ਼ ਦੀ ਲਾਉਂਦੇ ਹੋ, ਕੋਈ ਗਰੀਬਾਂ ਸੇ ਤੁਸੀਂ ਆਵਾਜ਼ ਨਹੀਂ ਚੁੱਕਦੇ ਹੋ। ਅੱਜ ਜਿਹੜੀ ਖਬਰ ਹੈਗੀ, ਕੋਈ ਵੀ ਖਬਰ ਹੋਵੇ ਤੇ ਤੁਹਾਨੂੰ ਕੋਈ ਦਿੰਦੇ ਹੋ ਜਾਂ ਤੁਹਾਨੂੰ ਕੋਈ ਫੋਨ ਆਉਂਦਾ ਹੈ ਜਾਂ ਤੁਸੀਂ ਖੁਦ ਜਾਂਦੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਪਣਾ ਕੰਟੈਕਟ ਨੰਬਰ ਦਿੰਦੇ ਆ, ਜਿੰਨੇ ਵੀ ਸਾਨੂੰ ਕੁਝ ਦੱਸਣਾ ਸਾਡਾ ਕੰਟੈਕਟ ਨੰਬਰ ਲੈ ਸਕਦਾ। ਜਿਹੜੇ ਪੋਜ਼ਿਟਿਵ ਮਰੀਜ਼ ਸੀ ਉਹਨਾਂ ਨੂੰ ਇਹਨਾਂ ਘਰਾਂ ਭੇਜਿਆ, ਘਰਾਂ 'ਚ ਜਦੋਂ ਕਿ ਸਾਡੇ ਕੋਲ ਇੱਕੋ ਕਮਰਾ, ਲੋਕਾਂ ਕੋਲ ਵੱਧ ਨਹੀਂ ਹੈਗੇ, ਉਹ ਸਾਰੇ ਪਰਿਵਾਰ ਨਾਲ ਰਹਿਣ ਦੇ, ਇੱਕੋ ਹੀ ਬਾਥਰੂਮ ਹੈ, ਇੱਕੋ ਹੀ ਉਹਨਾਂ ਦਾ ਲੈਟਰੀਨ ਵਾਲਾ, ਤੇ ਉਹ ਸਾਰਾ ਹੀ, ਜੇ ਉਹ ਇੱਕ ਬੰਦਾ ਪੋਜ਼ਿਟਿਵ ਤੇ ਸਾਰਿਆਂ ਨੂੰ ਲੈ ਕੇ ਬਹੇਗਾ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹ ਪੋਜ਼ਿਟਿਵ ਹੈਗਾ? ਹਾਂਜੀ, ਸਾਡੀ ਜਥੇਬੰਦੀ ਨੇ ਕੀਤਾ ਚੈੱਕ, ਉਹਨਾਂ ਨੇ ਸਾਨੂੰ ਦੱਸਿਆ। ਉਹੀ ਮਰੀਜ਼ ਜਿਹੜਾ ਪਹਿਲੇ ਗਿਆ ਸੀਗਾ ਫਿਰ ਵਾਪਸ ਆ ਗਿਆ? ਹਾਂਜੀ ਹਾਂਜੀ, ਉਹ ਮਰੀਜ਼ ਜਿਹੜੇ ਬਾਹਰੋਂ ਆਏ ਆ, ਜਿੱਦਾਂ ਹੁਣ ਤੁਹਾਨੂੰ ਸਾਰਾ ਹੀ ਪਤਾ, ਸਾਡੇ ਸਟੂਡੈਂਟ ਆਏ ਬਾਹਰੋਂ, ਅਤੇ ਜਿਹੜੇ ਧਾਰਮਿਕ ਸਥਾਨਾਂ ਤੋਂ ਲੋਕ ਆਏ ਆ, ਉਹ ਡਰਾਈਵਰ ਵੀ ਆਏ ਆ। ਚਲੋ ਲਓ ਯਾਰ ਸਪੀਕਰ ਭੇਜੇ ਉਹਨਾਂ ਨੂੰ, ਉਹਨਾਂ ਦਾ ਸਹੀ ਇਲਾਜ ਹੋਏ ਤੇ ਠੀਕ ਕਰਕੇ ਉਹਨਾਂ ਨੂੰ ਘਰ ਘੱਲਿਆ ਜਾਏ। ਸਰਦਾਰ ਜੀ, ਮੈਂ ਨਿੱਕੀ ਗੱਲ ਪੁੱਛ ਲੈਣਾ, ਹੋਰ ਵੀ ਦੇਖੋ ਇਲਾਕੇ ਗਈਆਂ ਤਜਾਰੀ ਵੀ ਅੱਜ ਧਰਨਾ ਲਾ ਰਹੇ, ਡੀਸੀ ਦਫ਼ਤਰ ਦੇ ਕੋਲ ਲਾ ਰਹੇ, ਮਗਰ ਤੁਹਾਡੀ ਸੁਣਵਾਈ ਕਿਉਂ ਨਹੀਂ ਹੁੰਦੀ ਬਈ? ਇਹ ਸਰਕਾਰ ਨੂੰ ਚਾਹੀਦਾ ਨਾ, ਸਰਕਾਰ ਨੂੰ ਚਾਹੀਦਾ ਕਿ ਜਿਹਨੇ ਪੋਜ਼ਿਟਿਵ ਹੈਗੇ ਜੇ ਕੁਛ ਇਲਾਜ ਕਰਦੇ ਪਏ, ਕਿਉਂਕਿ ਤੁਹਾਡੀ ਆਵਾਜ਼ ਨਹੀਂ ਉਠਾ ਰਹੇ। ਤੁਹਾਡੇ ਜਿਹੜੇ ਬੰਦੇ ਹੈਗੇ ਆ ਉਹ ਕਹਿੰਦੇ ਆ ਪੋਜ਼ਿਟਿਵ ਹੈਗੇ, ਕਈ ਵੀ ਨਹੀਂ ਹੈਗੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿ ਅਸੀਂ ਤਾਂ ਇਹੋ ਜਿਹੇ ਰੌਲਾ ਪਾਉਣ ਡਿਆ ਇੱਥੇ ਵੀ ਉਹਨਾਂ ਬੰਦਿਆਂ ਦਾ ਇਲਾਜ ਕੀਤਾ ਜਾਏ, ਉਹ ਪਿੰਡਾਂ 'ਚ ਜਾ ਕੇ ਉਹ ਹੋਰ ਨੁਕਸਾਨ ਨਾ ਹੋਏ, ਇਹ ਇੱਕ ਸੰਬੰਧ ਜਿਹੇ ਆਏ ਹਾਂ। ਆਪਣੀ ਸੇਫਟੀ, ਆਪਣੀ ਸੇਫਟੀ ਜਾਂਦੇ ਹਾਂ ਅਸੀਂ, ਸਿਰਫ ਆਪਣੇ ਵਾਸਤੇ ਨਹੀਂ ਆਏ, ਉਹਨਾਂ ਵਾਸਤੇ ਨਹੀਂ ਆਏ, ਜਿਹੜੇ ਇੱਥੇ ਹਸਪਤਾਲਾਂ 'ਚ ਨਰਸਾਂ ਨੇ, ਦੂਜੇ ਡਾਕਟਰ ਨੇ, ਉਹਨਾਂ ਨੂੰ ਸਮਾਨ ਵੀ ਨਹੀਂ, ਕਿੱਟਾਂ ਵੀ ਨਹੀਂ ਮਿਲ ਰਹੀਆਂ। ਪੁਲਿਸ ਡੀ ਆ ਸਾਡੀ ਰਾਖੀ ਕਰਨ, ਉਹਨਾਂ ਕੋਲ ਸਮਾਨ ਸਾਰਾ ਪੂਰਾ ਨਹੀਂ, ਅਸੀਂ ਉਹਨਾਂ ਮੁਲਾਜ਼ਮਾਂ ਦੇ ਹੱਥ 'ਚ ਵੀ ਲੜਨ ਦੇ ਨੇ, ਅਸੀਂ ਪੋਜ਼ਿਟਿਵ ਜਿਹੜੇ ਲੋਕ ਆ ਉਹਨਾਂ ਵਾਸਤੇ ਨਹੀਂ ਲੜਦੇ। ਸਰਕਾਰ ਵੱਲੋਂ ਇੱਕ ਪੋਜ਼ਿਟਿਵ ਬੰਦੇ ਨੂੰ 7 ਲੱਖ ਸਟੇਟ ਗਵਰਨਮੈਂਟ ਨੂੰ 3 ਲੱਖ ਰੁਪਈਆ, ਉਹਦੇ ਚ ਉਹਨਾਂ ਨੇ ਸਪਸ਼ਟ ਬੋਲਿਆ ਵੀ ਇਹ ਉਹ 3 ਲੱਖ ਲੈਣ ਵਾਸਤੇ ਕਦੀ ਉਹਨਾਂ ਨੂੰ ਪੋਜ਼ਿਟਿਵ ਕਰ ਦਿੰਦੇ ਬੰਦਿਆਂ ਨੂੰ, ਕਦੀ ਉਹਨਾਂ ਨੂੰ ਨੈਗੇਟਿਵ ਕਰ ਦਿੰਦੇ। ਸਰ ਮੈਂ ਇੱਕ ਨਿੱਕੀ ਗੱਲ ਪੁੱਛਣ, ਗਾੜੀ ਧਰਨੇ ਲੱਗੇ ਆ, ਇਹ ਲੋਕ ਮੂਰਖ ਤਾਂ ਨਹੀਂ ਜਿਹੜੇ ਕਰੋਨਾ ਜਾਣ ਕੇ ਅੱਗੇ ਇੱਥੇ ਬੈਠੇ ਦੌਲਾ ਪਾਉਣ ਡੇ ਆ, 12 ਜ਼ਿਲ੍ਹਿਆਂ 'ਚ ਲੱਗਾ ਧਰਨਾ, ਸਿਰਫ ਇੱਥੇ ਅੰਮ੍ਰਿਤਸਰ 'ਚ ਨਹੀਂ ਹੈਗਾ। ਅੱਛਾ, ਅਤੇ ਤੁਹਾਨੂੰ ਜਿਵੇਂ ਤੁਹਾਡੇ ਨਾਲ ਕਿੰਨੇ ਕੁ ਬੰਦੇ ਜੁੜੇ, ਜਿਹੜੇ ਅੱਜ 3 ਦਿਨ ਹੋ ਗਏ ਤੁਸੀਂ ਕੰਮ ਕਰ ਰਹੇ ਹੋ, ਧਰਨਾ ਲਾ ਰਹੇ ਹੋ, ਅਤੇ ਤੁਹਾਨੂੰ ਕੋਈ ਉਹਨਾਂ ਨੇ ਕੋਈ ਦੱਸਿਆ ਕਿ ਨਹੀਂ ਦੱਸਿਆ, ਕੋਈ ਆਇਆ ਅਫਸਰ ਆਇਆ? ਅਰੇ ਮੰਗ ਪੱਤਰ ਕੱਲ੍ਹ ਦਿੱਤਾ ਡੀਸੀ ਸਾਹਿਬ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਵੇਖੋ ਹੁਣ ਕੀ ਫੈਸਲਾ ਲੈਂਦੇ ਆ, ਸੂਬਾ ਸਰਕਾਰ ਨੂੰ ਭੇਜਣਗੇ ਮੰਗ ਪੱਤਰ। ਉਹਨਾਂ ਵੱਲੋਂ ਕੋਈ ਸੁਣਵਾਈ ਹਜੇ ਤੱਕ ਨਹੀਂ ਹੋਈ? ਨਹੀਂ, ਅਜੇ ਤੱਕ ਨਹੀਂ। ਚਲ ਠੀਕ, ਬਾਕੀ ਛੋੜ ਦਾ ਨੈਗੇਟਿਵ ਨਹੀਂ ਹੋਈਆਂ ਤਾਂ ਮਤਲਬ ਉਹਨਾਂ ਨੂੰ ਰਿਪੋਰਟਾਂ ਨੈਗੇਟਿਵ ਹੋ ਜਾਣ ਤਾਂ ਸਾਡਾ ਦਿਮਾਗ ਖਰਾਬ ਹੈ ਵੀ ਅਸੀਂ ਇੱਥੇ ਲੋਕਾਂ ਦਾ ਵਿਰੋਧ ਕਰੀਏ ਸਰਕਾਰ ਦੀ। ਹੁਣ ਸਰਕਾਰ ਕੋਲ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਦੁਬਾਰਾ ਹਸਪਤਾਲ ਦਾਖਲ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਵੇ। ਜਦੋਂ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਹੋਣ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ। ਇਹਦੀ ਪੈਰਵੀ ਵਾਸਤੇ ਤੁਸੀਂ ਕਿੰਨਾ ਕਿੰਨਾ ਕੁ ਹੋ ਗਏ ਹੋ ਇਸ ਟਾਈਮ ਤੱਕ? ਹਾਂਜੀ, ਕਿੰਨਾ ਕਿੰਨਾ ਕੁ ਹੋ ਗਏ ਹੋ? ਕਿੱਥੋਂ ਕਿੱਥੋਂ ਹੋ ਕੇ ਆਏ ਹੋ? ਅਸੀਂ ਕਿੱਥੋਂ, ਅਸੀਂ ਤਾਂ ਆਪਣੇ ਪਿੰਡਾਂ ਤੋਂ ਹੀ ਹਾਂ।